ਪੰਜਾਬ ਵਿੱਚ ਪੈ ਰਹੀ ਲਗਾਤਾਰ ਬਰਸਾਤ ਕਿਸਾਨਾਂ ਲਈ ਮੁਸ਼ਕਲਾਂ ਤੇ ਚਿੰਤਾ ਦਾ ਹੜ ਲੈ ਕੇ ਆਈ ਹੈ। ਇੱਕ ਪਾਸੇ ਜਿੱਥੇ ਬਰਸਾਤ ਕਣਕ ਦੀ ਫਸਲ ਲਈ ਲਾਹੇਵੰਦ ਹੁੰਦੀ ਹੈ, ਉੱਥੇ ਹੀ ਇਸ ਨਾਲ ਸਬਜ਼ੀਆਂ ਦੀ ਫਸਲ ਜਿਹੜੀ ਹੈ ਉਹ ਖਰਾਬ ਹੋ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਫਸਲ ਨੂੰ ਯੂਰੀਆ ਦੀ ਲੋੜ ਹੈ, ਪਰ ਯੂਰੀਆ ਮਿਲ ਨਹੀਂ ਰਹੀ, ਜਿਸ ਨਾਲ ਕਣਕ ਦੇ ਝਾੜ ਤੇ ਵੀ ਅਸਰ ਪਵੇਗਾ। ਬਹੁਤ ਜ਼ਿਆਦਾ ਝਾੜ ਪਊਗਾ, ਮਤਲਬ ਫਰਕ ਪੈਣੇਗਾ, ਕਿਉਂਕਿ ਝਾੜ ਤਾਂ ਬਿਲਕੁਲ ਹੀ ਨਹੀਂ ਆਉਣਾ। ਪਹਿਲੀ ਗੱਲ ਤਾਂ ਮਤਲਬ ਮੌਸਮ ਨਾਲ ਕਣਕਾਂ ਦੇਖੋ ਤੁਸੀਂ ਆਪ ਹੀ ਦੇਖ ਰਹੇ ਹੋ, ਤਬਾਹ ਹੋ ਚੁੱਕੀਆਂ ਨੇ। ਉੱਪਰ ਦੀ ਯੂਰੀਆ ਦੀ ਇੰਨੀ ਜ਼ਿਆਦਾ ਸ਼ੋਰਟੇਜ ਹੈ ਕਿ ਮਤਲਬ ਕਿਸਾਨ ਪਾਵੇ ਤਾਂ ਕੀ ਪਾਵੇ, ਯੂਰੀਆ ਨਹੀਂ ਮਿਲ ਰਿਹਾ। ਜੇ ਯੂਰੀਆ ਨਹੀਂ ਮਿਲੂ ਤਾਂ ਆਪਾਂ ਇਹਨੂੰ ਹੋਰ ਵਖਰਾਕ ਦੇ ਕੀ ਸਕਦੇ ਹਾਂ। ਉੱਪਰ ਤੋਂ ਮਤਲਬ ਜਿਹੜੀ ਫਸਲ ਹੈ ਸਾਰੀ ਪੀੜੀ ਹੋ ਚੁੱਕੀ ਹੈ, ਪਾਣੀ ਲੱਗਿਆ ਹੋਇਆ ਦੀ ਕਣਕਾਂ ਨੂੰ, ਬਾਰਿਸ਼ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੈ, ਝਾੜ ਬਹੁਤ ਜ਼ਿਆਦਾ ਘੱਟ ਹੋਣਾ ਇਹਨਾਂ ਦਾ। ਹਾਂਜੀ, ਨੁਕਸਾਨ ਤਾਂ ਜਿਵੇਂ ਕਣਕਾਂ ਨੂੰ ਪਾਣੀ ਪੂਣੀ ਜਿਹੜੀ ਇਹਨੂੰ ਨਹੀਂ ਲੱਗਿਆ ਉਹਨਾਂ ਨੂੰ ਤਾਂ ਚਲੋ ਕੋਈ ਫਰਕ ਨਹੀਂ ਪੈਂਦਾ, ਜਾਂ ਜਿਹੜੀਆਂ ਜੇਕਰ ਨੀਵੀਆਂ ਨੂਵੀਆਂ ਨੇ ਕਣਕਾਂ ਉੱਥੇ ਪਾਣੀ ਖੜ ਗਿਆ ਅਤੇ ਉਹਨਾਂ ਨੇ ਹੁਣ ਰੁਕ ਜਾਣਾ ਇੱਕ ਵਾਰੀ। ਅਤੇ ਬਾਕੀ ਯੂਰੀਏ ਦੀ ਵੀ ਸ਼ੋਰਟੇਜ ਹੈ, ਯੂਰੀਆ ਜਾ ਰਿਹਾ ਮਿਲਦਾ ਨਹੀਂ, ਉਹਦੇ ਕਰਕੇ ਫਿਰ ਕਣਕ ਉੱਠਦੀ ਨਹੀਂ। ਅਤੇ ਜ਼ਿਆਦਾਤਰ ਇੱਧਰ ਕੁਛ ਏਰੀਏ ਦੇ ਵਿੱਚ ਜਿਹੜੀ ਕਣਕ ਲੇਟ ਸੀ ਉਹਨਾਂ ਨੂੰ ਪਾਣੀ ਲੱਗੇ ਨੂੰ ਦਿਨ ਹੀ ਹੋਏ ਸੀ ਕੁਛ, ਉਹਦੇ ਕਰਕੇ ਫਿਰ ਉਹ ਪਾਣੀ ਡਬਲ ਹੋ ਗਿਆ, ਫਿਰ ਇੰਨਾ ਪਾਣੀ 'ਤੇ ਝੱਲਦੀ ਨਹੀਂ ਕਣਕ।